ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜਿਸ ਵੇਲੇ ਦੀ ਦੁਖਦਾਈ ਖਬਰ ਆ ਰਹੀ ਆ ਹੁਣੇ-ਹੁਣੇ ਇਸ ਮਸ਼ਹੂਰ ਕਾਂਗਰਸੀ ਲੀਡਰ ਦੀ ਹੋਈ ਅਚਾਨਕ ਮੌਤ ਸ਼ਾਇਆ ਸੋਗ ਵੀਡੀਓ ਨੂੰ ਅੰਤ ਤੱਕ ਦੇਖਿਓ ਤਾਂ ਜੋ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਸਕੇ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਆਏ ਦਿਨ ਸਮਾਚਾਰ ਪੱਤਰਾਂ ਵਿੱਚ ਦੁਖਾਂਤ ਭਰੀਆਂ ਖਬਰਾਂ ਦੇਖਣ ਨੂੰ ਮਿਲਦੀਆਂ ਹਨ ਜਿੱਥੇ ਕਰੋਨਾ ਦੀ ਮਾਰ ਨੇ ਸਮੂਹ ਇਨਸਾਨੀਅਤ ਦੀਆਂ ਜੜ੍ਹਾਂ ਨੂੰ ਹਿਲਾ ਕੇ ਰੱਖ ਦਿੱਤਾ ਉੱਥੇ ਹੀ ਮਹਾਨ ਹਸਤੀਆਂ ਦੇ ਇਸ ਦੁਨੀਆ ਤੋਂ ਰੁਖਸਤ ਹੋਣ ਦਾ ਸਿਲਸਿਲਾ ਦਿਨ ਪ੍ਰਤੀ ਦਿਨ ਵਧਦਾ ਜਾ ਰਿਹਾ ਹੈ ਜਿਸ ਨੇ ਲੋਕਾਂ ਨੂੰ ਮਾਇੂਸੀ ਦੇ ਆਲਮ ਵਿੱਚ ਰੱਖਿਆ ਹੋਇਆ ਹੈ ਨਿਰੰਤਰ ਹੋ ਰਹੀਆਂ ਇਹ ਘਟਨਾਵਾਂ ਉਦਾਸੀ ਦਾ ਆਲਮ ਲੈ ਕੇ ਚਾਰੋ ਤਾਰਫ ਫੈਲ ਜਾਂਦੀਆਂ ਹਨ ਤੇ ਜਦੋਂ ਇਨਸਾਨ ਇਹਨਾਂ ਦੇ ਵਿੱਚੋਂ ਉੱਭਰਣ ਦੀ ਕੋਸ਼ਿਸ਼ ਕਰਦਾ ਹੈ ਤਾਂ ਕੋਈ ਹੋਰ ਹੀ ਇਹੋ ਜਿਹੀ ਮਾੜੀ ਖਬਰ ਇਨਸਾਨ ਨੂੰ ਮੁੜ ਦੁਖਾਂਤ ਦੇ ਵਿੱਚ ਡੁੱਬਣ ਲਈ ਮਜਬੂਰ ਕਰ ਦਿੰਦੀ ਆ ਅਜਿਹੀ ਇੱਕ ਦੁੱਖ ਭਰੀ ਖਬਰ ਬੰਗਾ ਸ਼ਹਿਰ ਤੋਂ ਆ ਰਹੀ ਹੈ ਜਿੱਥੇ ਕਾਂਗਰਸ ਦੇ ਮਸ਼ਹੂਰ ਸੀਨੀਅਰ ਆਗੂ ਮਦਨ ਮੋਹਨ ਸਿੰਘ ਗੁਣਾਚੌਰ ਦਾ ਦੇਹਾਂਤ ਹੋ ਗਿਆ ਉਹ ਮਾਰਕੀਟ ਕਮੇਟੀ ਬੰਗਾ ਦੇ ਸਾਬਕਾ ਡਾਇਰੈਕਟਰ ਵੀ ਰਹੇ ਹਨ ਸੋ ਉਹਨਾਂ ਦੀ ਫੋਟੋ ਤੁਸੀਂ ਆਪਣੇ ਫੋਨ ਦੀ ਡਿਸਪਲੇ ਤੇ ਦੇਖ ਰਹੇ ਹੋ ਇਸ ਦੇ ਨਾਲ ਉਹਨਾਂ ਨੇ ਸਰਪੰਚ ਦੇ ਅਹੁਦੇ ਤੇ ਰਹਿੰਦਿਆਂ ਪਿੰਡ ਦੀ ਭਲਾਈ ਦੇ ਲਈ ਕਈ ਕੰਮ ਕੀਤੇ ਸਿਆਸਤ ਵਿੱਚ ਆਉਣ ਤੋਂ ਪਹਿਲਾਂ ਉਹ ਦੇਸ਼ ਦੀ ਸੇਵਾ ਦੇ ਲਈ ਫੌਜ ਦੇ ਵਿੱਚ ਨੌਕਰੀ ਕਰਦੇ ਸਨ ਸਰਦਾਰ ਮਨਮੋਹਨ ਸਿੰਘ ਕਾਂਗਰਸ ਦੇ ਸਮੇਂ ਵਿੱਚ ਮਦਨ ਮੋਹਨ ਨੇ ਵੱਖ-ਵੱਖ ਅਹੁਦਿਆਂ ਤੇ ਕੰਮ ਕੀਤਾ ਉਹ ਗੁਣਾਚੌਰ ਦੇ ਵਿੱਚ ਟਰਾਂਸਪੋਰਟ ਦਾ ਕਾਰੋਬਾਰ ਕਰਦੇ ਸਨ ਤੇ ਕੈਪਟਨ ਅਮਰਿੰਦਰ ਸਿੰਘ ਦੇ ਖਾਸ ਬੰਦਿਆਂ ਦੇ ਵਿੱਚੋਂ ਇੱਕ ਮੰਨੇ ਜਾਂਦੇ ਸਨ ਕਾਫੀ ਨਜ਼ਦੀਕੀਆਂ ਉਹਨਾਂ ਦੀਆਂ ਕੈਪਟਨ ਸਾਹਿਬ ਦੇ ਨਾਲ ਸਨ ਉਹਨਾਂ ਦੀ ਹੋਈ ਇਸ ਮੌਤ ਦੇ ਕਾਰਨ ਕਾਂਗਰਸ ਪਾਰਟ ਨੂੰ ਇੱਕ ਵੱਡਾ ਝਟਕਾ ਲੱਗਾ ਹੈ ਸੂਝਵਾਨ ਅਤੇ ਸੀਨੀਅਰ ਸਿਆਸੀ ਆਗੂ ਦੀ ਹੋਈ ਇਸ ਮੌਤ ਨੂੰ ਸਮੂਹ ਕਾਂਗਰਸੀ ਪਾਰਟੀ ਵਿੱਚ ਸੋਗ ਦੀ ਲਹਿਰ ਜਿਹੜੀ ਦੌਰਗੀ ਆ